ਹਿੰਦੀ ਦੇ ਵਿੱਚ ਰਿਲੀਜ਼ ਹੋਈ ਚਲ ਮੇਰਾ ਪੁੱਤ ਅਲੱਗ-ਅਲੱਗ ਕਾਰਨਾਂ ਕਰਕੇ ਖਾਸੀ ਚਰਚਾ ਦੇ ਵਿੱਚ ਰਹੀ ਕਿਉਂਕਿ ਹਿੰਦੁਸਤਾਨ ਪਾਕਿਸਤਾਨ ਦੀ ਗੱਲ ਜਿੱਥੇ ਵੀ ਸ਼ੁਰੂ ਹੋਵੇ ਚਰਚਾ ਤਾਂ ਹੁੰਦੀ ਹੀ ਹੈ। ਇਸ ਫਿਲਮ ਨੇ ਓਵਰਸੀਜ਼ ਦੇ ਵਿੱਚ ਬਾਕਸ ਆਫਿਸ ਤੇ ਰਿਕਾਰਡ ਵੀ ਬਣਾਇਆ ਤੇ ਸਿਨੇਮਾ ਘਰਾਂ ਦੇ ਵਿੱਚ 50 ਦਿਨ ਵੀ ਪੂਰੇ ਕੀਤੇ। ਜਦ ਇਹ ਫਿਲਮ ਸ਼ੂਟ ਹੋ ਰਹੀ ਸੀ ਉਦੋਂ ਕਈ ਸ਼ਰਾਰਤੀ ਬੰਦਿਆਂ ਨੇ ਇਸ ਫਿਲਮ ਤੇ ਰੋਕ ਵੀ ਲਾਣੀ ਚਾਹੀ ਤਾਂ ਕਿ ਇਹ ਫਿਲਮ ਰਿਲੀਜ਼ ਨਾ ਹੋ ਸਕੇ। ਇੱਕ ਇੰਸੀਡੈਂਟ ਹੋਇਆ ਸੀਗਾ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗਾ। ਬਰਮਿੰਘਮ ਦੇ ਵਿੱਚ ਜਦੋਂ ਸ਼ੂਟ ਚੱਲਦਾ ਸੀਗਾ, ਉੱਥੇ ਜਦੋਂ ਪੋਸਟਰ ਪਿਆ ਅਤੇ ਅਸੀਂ ਸ਼ੂਟ ਕਰ ਰਹੇ ਸੀਗੇ, ਠਾਕੁਰ ਸਾਹਿਬ, ਨਾਸਰ ਚਨੌਟੀ ਜੀ, ਅਕਰਮ ਜੀ, ਅਮਰਿੰਦਰ ਭਾਅ ਜੀ, ਹਰਦੀਪ ਭਾਅ ਜੀ, ਸਾਰੇ ਜਣੇ ਸ਼ੂਟ ਕਰ ਰਹੇ ਸੀਗੇ। ਇੱਕ ਬਜ਼ੁਰਗ ਔਰਤ ਆਈ ਅਤੇ ਉਹ ਥੋੜ੍ਹਾ ਦੂਰ ਸ਼ੂਟ ਕਰ ਰਹੇ ਸੀਗੇ, ਮੈਂ ਥੋੜ੍ਹਾ ਸਾਈਡ 'ਤੇ ਖੜ੍ਹਾ ਸੀਗਾ। ਉਹ ਮੈਨੂੰ ਕਹਿੰਦੇ ਵੀ ਬੇਟਾ ਤੂੰ ਨਾਲ ਹੈ ਇਹਨਾਂ ਦੇ? ਮੈਂ ਕਿਹਾ ਹਾਂਜੀ ਨਾਲ ਹਾਂ ਜੀ। ਹੈ ਨਾ, ਉਹ ਕਹਿੰਦੀ ਵੀ ਐਸਾ ਸੁਭਾਅ ਦਾ ਕੰਮ ਕਰ ਰਹੇ ਹੋ ਤੁਸੀਂ ਨਾ, ਦੋਵਾਂ ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਨੂੰ ਇੱਕ ਕਰ ਰਹੇ ਹੋ। ਜਦੋਂ ਵੀ ਇਸ ਫਿਲਮ ਬਾਰੇ ਕਿਤੇ ਕੋਈ ਗੱਲ ਹੋਵੇ ਤਾਂ ਉੱਧਰਲਾ ਪੰਜਾਬ ਅਤੇ ਇੱਧਰਲਾ ਪੰਜਾਬ ਨਾ ਕਿਹੋ, ਪੰਜਾਬ ਕਿਹੋ। ਅੱਖਾਂ ਦੇ ਵਿੱਚ ਨਮੀ ਹੈ, ਹੈ ਨਾ, ਅਸੀਂ ਕਹਿ ਸਕਦੇ ਹਾਂ ਕਿ ਖੁਸ਼ੀ ਦੇ ਆਸੂ ਹੈ। ਬਸ ਇੱਦਾਂ ਹੀ ਲੋਕਾਂ ਨੇ ਤੰਗ ਬਹੁਤ ਕੀਤਾ। ਕੱਲ੍ਹ ਰਾਤ ਤੱਕ, ਜਨਵਰੀ ਤੋਂ ਲੈ ਕੇ, ਅਤੇ ਮੈਨੂੰ ਲੱਗਦਾ ਕੱਲ੍ਹ ਰਾਤ ਤੱਕ ਅਸੀਂ ਸੌਂ ਨਹੀਂ ਸਕੇ। ਲੋਕਾਂ ਨੇ ਜਿੰਨਾ, ਲੋਕਾਂ ਸਾਡੇ ਆਪਣਿਆਂ ਨੇ ਜਿੰਨਾ ਤੰਗ ਕੀਤਾ, ਹੈ ਨਾ, ਅਤੇ ਉਹਨਾਂ ਨੂੰ ਧੰਨਵਾਦ ਕਹਿਣਾ ਚਾਹਾਂਗੇ ਬਸ, ਬਈ ਅੱਜ ਮੰਜ਼ਿਲ ਤੱਕ ਪਹੁੰਚ ਗਏ ਬਸ, ਹੈ ਨਾ। ਸੋ ਮੈਂ ਇੱਕੋ ਗੱਲ ਕਹਿਣਾ ਚਾਹੂੰਗਾ ਉਹਨਾਂ ਸਾਰੇ ਵੀਰਾਂ ਨੂੰ ਕਿ ਬੇਹਿੰਮਤ ਜੋ ਘਰ ਵਿੱਚ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਆ ਪਾੜ ਕੇ ਸੀਨਾ ਪੱਥਰਾਂ ਦਾ, ਹੈ ਨਾ। ਸੋ ਜਿਹਦੇ 'ਤੇ ਮਾਲਕ ਦੀ ਨਜ਼ਰ ਹੋਵੇ ਨਾ, ਉਹ ਚੀਜ਼ ਰੁਕਦੀ ਨਹੀਂ ਹੁੰਦੀ ਕਦੀ ਵੀ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ। ਇਹਨਾਂ ਦੀ ਅੱਖਾਂ ਦਾ ਦਰਦ ਦੱਸ ਰਿਹਾ ਹੈ ਕਿ ਇਹ ਫਿਲਮ ਚੜ੍ਹਦੇ ਲੈਂਦੇ ਪੰਜਾਬ ਲਈ ਕਿੰਨੀ ਜ਼ਰੂਰੀ ਸੀ। ਖੈਰ, ਇਹ ਗੱਲਾਂ ਹੁਣ ਪੁਰਾਣੀਆਂ ਹੋ ਚੁੱਕੀਆਂ ਨੇ ਅਤੇ ਨਵੀਂ ਗੱਲ ਇਹ ਹੈ ਕਿ ਫਿਲਮ ਦਾ ਦੂਜਾ ਪਾਰਟ ਅਤੇ ਤੀਜਾ ਪਾਰਟ 2020 ਦੇ ਵਿੱਚ ਆਉਣ ਜਾ ਰਿਹਾ ਹੈ। ਦੂਜੇ ਪਾਰਟ ਦਾ ਨਾਮ ਚਲ ਮੇਰਾ ਪੁੱਤ 2 ਜਾਂ ਫਿਰ ਚਲ ਚਲ ਮੇਰਾ ਪੁੱਤ ਹੋ ਸਕਦਾ ਹੈ। ਤੇ ਇਹਦੀ ਸ਼ੂਟਿੰਗ 12 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਤੇ 22 ਦਸੰਬਰ ਤੱਕ ਚੱਲੇਗੀ। 12 ਨਵੰਬਰ ਸੇ ਉਸਕਾ ਸ਼ੂਟ ਹੋਣੇ ਜਾ ਰਹਾ ਹੈ। ਵੋ ਜਹਾਂ ਸੇ ਫਿਲਮ ਖਤਮ ਹੋਈ ਥੀ ਵਹੀਂ ਸੇ ਆਗੇ ਸ਼ੁਰੂ ਹੋ ਜਾਏਗੀ ਸਰ, ਔਰ ਵੋ ਫੈਬਰਵਰੀ ਔਰ ਮਾਰਚ ਮੇਂ ਕਹੀਂ ਵੀ ਰਿਲੀਜ਼ ਹੋ ਜਾਏਗੀ। ਔਰ ਫਿਰ ਉਸਕਾ ਤੀਸਰਾ ਪਾਰਟ ਜੋ ਹੈ ਵੋ ਜੁਲਾਈ ਔਰ ਅਗਸਤ ਮੇਂ ਸ਼ੁਰੂ ਹੋ ਜਾਏਗਾ। ਅਮਰਿੰਦਰ ਗਿੱਲ, ਸਿਮੀ ਚਹਿਲ, ਗੁਰਸ਼ਬਦ, ਹਰਦੀਪ ਗਿੱਲ ਹਿੰਦੁਸਤਾਨ ਤੋਂ ਤੇ ਅਕਰਮ ਉਦਾਸ, ਇਫਤਿਖਾਰ ਠਾਕੁਰ, ਨਾਸਿਰ ਪਾਕਿਸਤਾਨ ਤੋਂ ਪਹਿਲੇ ਪਾਰਟ ਦੇ ਵਿੱਚ ਅਹਿਮ ਕਿਰਦਾਰਾਂ ਦੇ ਵਿੱਚ ਦਿਖਾਈ ਦਿੱਤੇ ਸੀ ਤੇ ਦੂਜੇ ਪਾਰਟ ਦੇ ਵਿੱਚ ਇਹ ਸਭ ਤਾਂ ਹੋਣਗੇ ਹੀ ਕਿਉਂਕਿ ਫਿਲਮ ਦੀ ਕਹਾਣੀ ਉੱਥੋਂ ਹੀ ਸ਼ੁਰੂ ਹੋਵੇਗੀ ਜਿੱਥੇ ਖਤਮ ਹੋਈ ਸੀ ਤੇ ਕਹਾਣੀ ਨੂੰ ਅੱਗੇ ਤੋਰਨ ਲਈ ਪਾਕਿਸਤਾਨ ਤੋਂ ਹੋਰ ਕਲਾਕਾਰ ਵੀ ਜੋੜੇ ਜਾ ਰਹੇ ਹਨ ਜਿਵੇਂ ਕਿ ਇਫਤਿਖਾਰ ਠਾਕੁਰ ਦੀ ਘਰਵਾਲੀ ਲਈ ਰੂਬੀ ਅਨਮ ਦਾ ਨਾਮ ਸਾਹਮਣੇ ਆ ਰਿਹਾ ਹੈ। ਜ਼ਾਫਰੀ ਖਾਨ ਇਫਤਿਖਾਰ ਅਤੇ ਰੂਬੀ ਦੇ ਬੇਟੇ ਦਾ ਕਿਰਦਾਰ ਨਿਭਾਉਣਗੇ ਤੇ ਰੂਬੀ ਅਨਮ ਤੇ ਜ਼ਾਫਰੀ ਖਾਨ ਹੀ ਉਸੇ ਘਰ ਦੇ ਮਾਲਿਕ ਹੋਣਗੇ ਜਿੱਥੇ ਸਾਰੇ ਕਲਾਕਾਰ ਕਿਰਾਏ ਤੇ ਰਹਿੰਦੇ ਹੁੰਦੇ ਸੀ। ਨਾਸਰ ਚਨੌਤੀ ਦੇ ਵਾਲਿਦ ਸਾਹਿਬ ਦਾ ਕਿਰਦਾਰ ਆਗਾ ਮਾਜਿਦ ਨੇ ਪਾਕਿਸਤਾਨ ਵਿੱਚ ਰਹਿ ਕੇ ਪਲੇ ਕੀਤਾ ਸੀ ਪਰ ਦੂਜੇ ਹਿੱਸੇ ਦੇ ਵਿੱਚ ਉਹ ਫਿਲਮ ਦੇ ਵਿੱਚ ਇੰਪੋਰਟੈਂਟ ਕਰੈਕਟਰ ਪਲੇ ਕਰ ਸਕਦੇ ਨੇ। ਉਸਮੇ ਅਕਰਮ ਉਦਾਸ, ਇਫਤਿਖਾਰ ਠਾਕੁਰ, ਨਾਸਿਰ ਚਨੌਤੀ ਔਰ ਆਗਾ ਮਾਜਿਦ ਪਹਿਲੇ ਸ਼ੂਟ ਹੋਏ ਹੈ। ਆਗਾ ਮਾਜਿਦ ਜੋ ਹੈ ਵੋ ਪਾਕਿਸਤਾਨ ਕੀ ਤਰਫ ਸੇ ਸ਼ੂਟ ਹੋਏ ਥੇ ਜਿਸਮੇ ਨਾਸਿਰ ਚਨੌਤੀ ਕੇ ਵਾਲਿਦ ਕਾ ਰੋਲ ਕੀਆ ਉਨ੍ਹੋਂਨੇ। ਅਬ ਯੇ ਵੀ ਹੋ ਸਕਤਾ ਹੈ ਕਿ ਕਹੀਂ ਕਹਾਨੀ ਮੇਂ ਆਗਾ ਮਾਜਿਦ ਸਾਹਿਬ ਵਹਾਂ ਬਰਮਿੰਘਮ ਚਲੇ ਜਾਏ ਆਪਣੇ ਬੇਟੇ ਕੇ ਪੀਛੇ ਔਰ ਮੇਰੀ ਸਾਈਡ ਸੇ ਇੱਕ ਬਾਤ ਵਹਾਂ ਚੱਲ ਰਹੀ ਹੈ ਕਿ ਉੱਪਰ ਜੋ ਮਾਲਕ ਮਕਾਨ ਹੈ ਵੋ ਬੜੇ ਸਖ਼ਤ ਹੈ ਇਸ ਲਈ ਜ਼ਿਆਦਾ ਉੱਚਾ ਮਤ ਬੋਲੋ। ਉਹ ਬੇਸਿਕਲੀ ਮਾਲਕ ਮਕਾਨ ਜੋ ਹੈ ਵੋ ਮੇਰੀ ਵਾਈਫ ਔਰ ਮੇਰਾ ਬੱਚਾ ਹੈ ਯਾਨੀ ਮੇਰੀ ਵਾਈਫ ਸੇ ਮੈਂ ਥੋੜੀ ਸੀ ਲੜਾਈ ਕੀ ਵਜ੍ਹਾ ਸੇ ਵੋ ਇਸ ਤਰ੍ਹਾਂ ਕਹਿਤਾ ਹੈ ਵੋ ਹੋ ਸਕਤਾ ਹੈ ਰੂਬੀ ਅਨਮ ਜੋ ਵੋ ਮੇਰੀ ਵਾਈਫ ਕਾ ਰੋਲ ਕਰੇ ਔਰ ਜ਼ਫਰੀ ਖਾਨ ਸਾਹਿਬ ਮੇਰੇ ਬੇਟੇ ਹੋਂ ਉਸੀ ਘਰ ਕੇ ਅੰਦਰ ਔਰ ਵੋ ਕਹਾਣੀ ਆਗੇ ਚਲੇਗੀ ਔਰ ਫਿਰ ਵੋ ਤੀਨ ਮੁਲਕੋਂ ਪੇ ਫੈਲ ਜਾਏਗੀ। ਕੁਛ ਲੋਕ ਜੋ ਹੈ ਵੋ ਆਸਟ੍ਰੇਲੀਆ, ਨਿਊਜ਼ੀਲੈਂਡ ਕੀ ਤਰਫ ਚਲੇ ਜਾਏਂਗੇ, ਕੁਛ ਕੈਨੇਡਾ ਕੀ ਤਰਫ ਚਲੇ ਜਾਏਂਗੇ, ਬਾਕੀ ਵਹੀਂ ਬਰਮਿੰਘਮ ਮੇਂ ਰੁਕ ਜਾਏਂਗੇ। ਇਹ ਫਿਲਮ ਤੁਹਾਨੂੰ ਫੈਬਰੇਰੀ ਮਾਰਚ 2020 ਤੱਕ ਸਿਨੇਮਾ ਘਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਉਸ ਤੋਂ ਬਾਅਦ ਜੁਲਾਈ ਅਗਸਤ 2020 ਤੱਕ ਇਹਦੇ ਤੀਜੇ ਪਾਰਟ ਦੀ ਸ਼ੂਟਿੰਗ ਸ਼ੁਰੂ ਹੋਣ ਦੇ ਆਸਾਰ ਨੇ। ਉਮੀਦ ਕਰਦੇ ਹਾਂ ਕਿ ਇਸ ਬਾਰ ਰਿਦਮ ਬੋਇਜ਼ ਇਸ ਫਿਲਮ ਦਾ ਲੈਵਲ ਹੋਰ ਉੱਪਰ ਲੈ ਕੇ ਜਾਣ ਤੇ ਹਿੰਦੁਸਤਾਨ ਦੇ ਨਾਲ ਨਾਲ ਪਾਕਿਸਤਾਨ ਵਿੱਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇ।
We'll be right back.